ਦੋਸਤੋ, ਮੈਂ ਕੁਲਦੀਪ ਸਿੰਘ ਨਾਭਾ, ਜਨਮ ਸ਼ਕਤੀ ਸ਼ਹੀਦ ਭਗਤ ਸਿੰਘ ਹੋਮਗਾਰਡ ਰਿਟਾਇਰਡ ਵੈਲਫੇਅਰ ਐਸੋਸੀਏਸ਼ਨ ਪੰਜਾਬ, ਰਜਿਸਟਰ ਨੰਬਰ 303 ਵੱਲੋਂ ਸਰਦਾਰ ਸਾਡੇ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਵੀ ਸਰ, ਅਸੀਂ 1984 ਤੋਂ ਲੈ ਕੇ 2020 ਤੱਕ ਕਰੀਬ 37 ਸਾਲ ਦੇ ਕਰੀਬ ਪੰਜਾਬ ਦਾ ਉਹ ਪੂਰਾ ਕਾਲਾ ਦੌਰ ਆਪਣੇ ਪਿੰਡ 'ਤੇ ਹੰਢਾਇਆ। ਸੋ ਸਾਨੂੰ ਸਾਡੀ ਪਿਛਲੀਆਂ ਸਰਕਾਰਾਂ ਨੇ, ਸਮੇਂ ਸਮੇਂ ਦੀਆਂ ਸਰਕਾਰਾਂ ਨੇ ਸਾਨੂੰ ਵਲੰਟੀਅਰ ਕਹਿ ਕੇ ਸਾਡਾ ਘਾਣ ਕੀਤਾ, ਜਦੋਂ ਕਿ ਵਲੰਟੀਅਰ 3 ਸਾਲ ਘੱਟ ਤੋਂ ਘੱਟ 3 ਸਾਲ, ਵੱਧ ਤੋਂ ਵੱਧ 5 ਸਾਲ ਸੇਵਾ ਲਈ ਜਾ ਸਕਦੀ ਹੈ। ਜਿਸ 1947 ਔਰ 1963 ਐਕਟ ਦੇ ਮੁਤਾਬਕ ਸਾਨੂੰ ਵਲੰਟੀਅਰ ਦੱਸ ਕੇ ਸਾਡਾ ਘਾਣ ਕੀਤਾ ਜਾ ਰਿਹਾ, ਉਸਦੀ ਪਾਲਣਾ ਖੁਦ ਡਿਪਾਰਟਮੈਂਟ ਔਰ ਸਰਕਾਰ ਨੇ ਖੁਦ ਨਹੀਂ ਕੀਤੀ, ਕਿਉਂਕਿ ਵਲੰਟੀਅਰ 3 ਸਾਲ ਜਾਂ 5 ਸਾਲ ਹੈ, ਉਸ ਤੋਂ ਬਾਅਦ ਵੀ ਅਸੀਂ 37 ਤੋਂ 40 ਸਾਲ ਦੇ ਕਰੀਬ ਸੇਵਾ ਕੀਤੀ ਹੈ। ਇਸ ਕਰਕੇ ਸਰਕਾਰ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਸਾਡੀ ਜਿਹੜੀ ਹੈ ਜਲਦੀ ਤੋਂ ਜਲਦੀ ਪੈਨਸ਼ਨ ਲਾਗੂ ਕੀਤੀ ਜਾਵੇ, ਤਾਂ ਕਿ ਜਿਹੜਾ ਸਾਡਾ ਬੁਢਾਪਾ ਜਿਹੜਾ ਰੁੜ ਰਿਹਾ, ਜਿਹੜੀ ਸਾਡੀ ਆਰਾਮ ਕਰਨ ਦੀ ਉਮਰ ਹੈ, ਉਹਦੇ 'ਚ ਅਸੀਂ ਧੱਕੇ ਖਾ ਰਹੇ ਹਾਂ, ਉਹ ਅਸੀਂ ਆਰਾਮ ਨਾਲ ਕੱਟ ਸਕੀਏ। ਕੋਈ ਪਤਾ ਨਹੀਂ ਹੈ, ਜ਼ਿੰਦਗੀ ਦਾ ਭਰੋਸਾ ਨਹੀਂ ਹੈ ਵੀ ਕਦੋਂ ਪ੍ਰਾਣ ਨਿਕਲ ਜਾਣ, ਲੇਕਿਨ ਸਰਕਾਰ ਨੇ ਪਿਛਲੀ ਨੇ ਕਿਸੇ ਨੇ ਨਹੀਂ ਸੁਣਵਾਈ ਕੀਤੀ। 2 ਸਾਲ ਦਾ ਸਮਾਂ ਇਹਨਾਂ ਨੂੰ ਵੀ ਹੋ ਗਿਆ, ਪਰ ਇਹਨਾਂ ਨੇ ਵੀ ਹਜੇ ਤੱਕ ਲਾਰਿਆਂ ਤੋਂ ਸਿਵਾਏ ਸਾਨੂੰ ਕੁਛ ਨਹੀਂ ਦਿੱਤਾ। ਜਾਂ ਤਾਂ ਸਾਡੀ ਪੈਨਸ਼ਨ ਲਾਗੂ ਕਰ ਦੇਵੇ, ਜਾਂ ਫਿਰ ਸਾਨੂੰ ਸਿਵਾਏ ਇੱਛਕ ਮ੍ਰਿਤਯੂ ਦੀ ਮਨਜ਼ੂਰੀ ਦੇ ਦੇਵੇ। ਇੰਨਾ ਕਹਿੰਦਾ ਹੋਇਆ ਖੇਮਾ ਦਾ ਜੱਜ ਕਾਂ ਜੈ ਭੀਮ ਜੈ ਭਾਰਤ।